ਕੁਛ ਇਹੋ ਜਿਹੀ ਚੀਜ਼ਾਂ ਵੀ ਆ ਮੈਂ ਤੁਹਾਨੂੰ ਅੱਜ ਦੱਸੂੰਗਾ ਜਿਨ੍ਹਾਂ ਦਾ ਮੁੱਲ ਕੋਈ ਨਹੀਂ ਹੁੰਦਾ। ਤੁਹਾਡੇ ਕੋਲ ਆਪਣੇ ਬੱਚਿਆਂ ਲਈ, ਆਪਣੀ ਵਾਈਫ ਲਈ ਸਮਾਂ ਹੈ ਨਹੀਂ, ਫਿਰ ਇੱਦਾਂ ਦੇ ਪੈਸੇ ਦਾ ਕੋਈ ਫਾਇਦਾ ਨਹੀਂ। ਸ਼ਾਂਤ ਰੱਖਣ ਲਈ ਮਨ ਨੂੰ ਕੁਛ ਜਿਹੜੇ ਨੈਗੇਟਿਵ ਬੰਦੇ ਹੁੰਦੇ ਆ ਉਹਨਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ। ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਸਵੇਰ ਤਣਾਅ ਮੁਕਤ ਤਰੋ ਤਾਜ਼ਾ ਹੈ ਫਿਰ ਇਹ ਲਗਜ਼ਰੀ ਹੈ। ਹਰੇਕ ਪਰਿਵਾਰਕ ਮੈਂਬਰ ਇੱਕ ਦੂਜੇ ਦੀ ਰਿਸਪੈਕਟ ਕਰਦਾ ਹੈ, ਬਹੁਤ ਪਿਆਰ ਹੈ ਆਪਸ ਦੇ ਵਿੱਚ। ਸੋ ਇਹ ਸੀਗੀਆਂ 5 ਲਗਜ਼ਰੀ ਚੀਜ਼ਾਂ ਜ਼ਿੰਦਗੀ ਦੀਆਂ। ਮੈਂ ਨਾ ਕੁਛ ਅੱਜ ਲਾਈਫ ਦੀਆਂ ਲਗਜ਼ਰੀ ਚੀਜ਼ਾਂ ਦੱਸਾਂਗਾ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈਗਾ। ਅਸੀਂ ਸੋਚਦੇ ਹਾਂ ਵੀ ਬੜੀਆਂ ਬੜੀਆਂ ਗੱਡੀਆਂ, ਬੜੇ ਬੜੇ ਬੰਗਲੇ, ਮਹਿਲ, ਬ੍ਰਾਂਡਡ ਕੱਪੜੇ ਜਾਂ ਹੋਰ ਐਸ਼ੋ ਆਰਾਮ, ਅਤੇ ਇਹੀ ਲਗਜ਼ਰੀ ਹੈ। ਪਰ ਇਹ ਪਦਾਰਥਵਾਦੀ ਚੀਜ਼ਾਂ ਹੈ। ਕੁਛ ਇਹੋ ਜਿਹੀਆਂ ਚੀਜ਼ਾਂ ਵੀ ਆ ਮੈਂ ਤੁਹਾਨੂੰ ਅੱਜ ਦੱਸੂੰਗਾ ਜਿਨ੍ਹਾਂ ਦਾ ਮੁੱਲ ਕੋਈ ਨਹੀਂ ਹੁੰਦਾ। ਅਤੇ ਤੁਸੀਂ ਵੀ ਦੱਸਿਓ ਕਮੈਂਟਾਂ 'ਚ ਕਿ ਤੁਹਾਡੇ ਕੋਲ ਹੈਗੀਆਂ। ਵੀਡੀਓ ਅਸੀਂ ਹੁਣ ਸ਼ੁਰੂ ਕਰਦੇ ਹਾਂ। ਮੇਰਾ ਨਾਮ ਹੈਗਾ ਬੱਬੂ ਪਨੇਸਰ ਅਤੇ ਮੇਰੇ ਚੈਨਲ ਦਾ ਨਾਮ ਹੈਗਾ ਪਨੇਸਰ। ਇੱਦਾਂ ਦੀਆਂ ਹਲਕੀਆਂ ਫੁਲਕੀਆਂ ਵੀਡੀਓ ਮੈਂ ਬਣਾਉਣਾ ਰਹਿੰਦਾ ਹੈ। ਆਪਾਂ ਇੱਥੇ ਕਿਤੇ ਬੈਠ ਕੇ ਗੱਲ ਕਰਦੇ ਹਾਂ। ਵੈਸੇ 5 ਚੀਜ਼ਾਂ ਮੈਂ ਤੁਹਾਨੂੰ ਦੱਸਾਂਗਾ ਜਿਹੜੀਆਂ ਲਗਜ਼ਰੀ ਹੈ। ਇੱਕ ਤਾਂ ਹੈਗਾ ਸਮਾਂ, ਅਤੇ ਦੂਜਾ ਹੈਗਾ ਸਿਹਤ, ਅਤੇ ਤੀਜਾ ਹੈ ਤੁਹਾਡਾ ਸ਼ਾਂਤ ਮਨ, ਅਤੇ ਚੌਥਾ ਧੀਮੀ ਸਵੇਰ, ਸਲੋ ਮੋਰਨਿੰਗ, ਅਤੇ ਆਖਰੀ 5ਵਾਂ ਹੈਗਾ ਪਿਆਰ ਭਰਿਆ ਪਰਿਵਾਰਿਕ ਮਾਹੌਲ। ਸਮਾਂ ਬਹੁਤ ਬੜੀ ਲਗਜ਼ਰੀ ਹੈ। ਜੇਕਰ ਤੁਹਾਡੇ ਕੋਲ ਬਹੁਤ ਕੁਛ ਹੈ, ਦੁਨੀਆ ਦੀਆਂ ਸਾਰੀਆਂ ਚੀਜ਼ਾਂ ਹੈ, ਪਰ ਤੁਹਾਡੇ ਕੋਲ ਸਮਾਂ ਹੈ ਨਹੀਂ, ਫਿਰ ਕੋਈ ਫਾਇਦਾ ਨਹੀਂ। ਮਤਲਬ ਤੁਹਾਡੇ ਕੋਲ ਆਪਣੇ ਬੱਚਿਆਂ ਲਈ, ਆਪਣੀ ਵਾਈਫ ਲਈ, ਆਪਣੇ ਮਾਂ ਬਾਪ ਲਈ ਸਮਾਂ ਹੈ ਨਹੀਂ, ਫਿਰ ਇੱਦਾਂ ਦੇ ਪੈਸੇ ਦਾ ਕੋਈ ਫਾਇਦਾ ਨਹੀਂ। ਸਮਾਂ ਜੋ ਬੀਤ ਗਿਆ ਨਾ, ਉਹ ਮੁੜ ਕੇ ਨਹੀਂ ਆਉਂਦਾ। ਅਤੇ ਦੂਜੀ ਲਗਜ਼ਰੀ ਹੈਗੀ ਸਿਹਤ, ਹੈਲਥ। ਬਹੁਤ ਬੜੀ ਕੀਮਤੀ ਚੀਜ਼ ਹੈ ਇਹ। ਜਦੋਂ ਬੰਦਾ ਬਿਮਾਰ ਹੁੰਦਾ ਨਾ, ਤਾਂ ਉਹ ਜਿੰਨਾ ਮਰਜ਼ੀ ਪੈਸਾ ਲੱਗ ਜਾਵੇ, ਪੈਸਾ ਉਹਦੇ ਲਈ ਮਾਇਨੇ ਨਹੀਂ ਰੱਖਦਾ। ਉਹ ਸਿਹਤਯਾਬ ਹੋਣਾ ਚਾਹੁੰਦਾ ਹੈ। ਸਿਹਤ ਵਧੀਆ ਰੱਖੋ, ਵਧੀਆ ਖਾਓ, ਫਰੈਸ਼ ਖਾਓ, ਨਾ ਕਿ ਜੰਕ ਫੂਡ ਜਾਂ ਪ੍ਰੋਸੈਸਡ ਚੀਜ਼ਾਂ। ਇਹਨਾਂ ਨਾਲ ਸਿਹਤ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ। ਸੋ ਵਧੀਆ ਸਿਹਤ ਹੀ ਬਹੁਤ ਬੜੀ ਲਗਜ਼ਰੀ ਹੈ। ਅਤੇ ਤੀਜੀ ਸਭ ਤੋਂ ਬੜੀ ਲਗਜ਼ਰੀ ਹੈਗੀ ਹੈ ਕੁਆਇਟ ਮਾਇੰਡ, ਸ਼ਾਂਤ ਮਨ। ਸ਼ਾਂਤ ਮਨ ਵੀ ਤਾਂ ਹੀ ਰਹਿੰਦਾ ਹੈ ਜੇ ਤੁਹਾਡੇ ਆਲੇ ਦੁਆਲੇ ਮਾਹੌਲ ਪੋਜ਼ਿਟਿਵ ਮਾਹੌਲ ਹੋਵੇ, ਸਕਾਰਾਤਮਕ ਮਾਹੌਲ। ਸ਼ਾਂਤ ਰੱਖਣ ਲਈ ਮਨ ਨੂੰ ਕੁਛ ਜਿਹੜੇ ਨੈਗੇਟਿਵ ਬੰਦੇ ਹੁੰਦੇ ਆ ਉਹਨਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ, ਨਹੀਂ ਤਾਂ ਫਿਰ ਮਨ ਸ਼ਾਂਤ ਨਹੀਂ ਰਹਿੰਦਾ, ਮਨ ਉੱਦਾਂ ਦਾ ਹੀ ਹੋ ਜਾਂਦਾ ਹੈ। ਮਨ ਨੂੰ ਸ਼ਾਂਤ ਰੱਖਣ ਲਈ ਬਹੁਤ ਪ੍ਰੈਕਟਿਸ ਦੀ ਲੋੜ ਹੈ। ਜਿੱਦਾਂ ਮਤਲਬ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ, ਉਹ ਵੀ ਚੰਗੀ ਨੀਤ ਨਾਲ। ਇਹਦੇ ਨਾਲ ਵੀ ਮਨ ਸ਼ਾਂਤ ਰਹਿੰਦਾ ਹੈ। ਮੰਗਣਾ ਕੁਛ ਨਹੀਂ, ਸਿਰਫ ਰੱਬ ਦਾ ਨਾਮ ਲੈਣਾ, ਜਾਂ ਫਿਰ ਵਧੀਆ ਸੰਗੀਤ ਸੁਣਨਾ, ਜਾਂ ਵਧੀਆ ਲੋਕਾਂ ਦੀ ਸੰਗਤ ਕਰਨੀ। ਹਾਂ, ਜਿਹੜਾ ਬੰਦਾ ਸ਼ਾਂਤ ਸੁਭਾਅ ਵਾਲਾ ਹੁੰਦਾ ਉਹਨੂੰ ਪਤਾ ਇਹਨਾਂ ਚੀਜ਼ਾਂ ਦਾ। ਅਤੇ
ਚੌਥੀ ਲਗਜ਼ਰੀ ਹੈਗੀ ਧੀਮੀ ਸਵੇਰ, ਸਲੋ ਮੋਰਨਿੰਗ। ਜੇਕਰ ਤੁਹਾਡੀ ਸਵੇਰ ਤਣਾਅ ਮੁਕਤ, ਟੈਂਸ਼ਨ ਫਰੀ, ਤਰੋ ਤਾਜ਼ਾ ਹੈ, ਫਿਰ ਇਹ ਲਗਜ਼ਰੀ ਹੈ, ਬਹੁਤ ਬੜੀ ਲਗਜ਼ਰੀ। ਅਤੇ ਇਹੋ ਹਰੇਕ ਬੰਦੇ ਕੋਲ ਨਹੀਂ ਹੈਗੀ। ਇਹਦੇ ਲਈ ਜ਼ਰੂਰੀ ਨਹੀਂ ਹੈਗਾ ਤੁਹਾਡੇ ਕੋਲ ਪੈਸਾ ਹੋਵੇ। ਹਾਂ, ਜਿਹੜਾ ਪੈਸੇ ਵਾਲਾ ਕੋਈ ਬੰਦਾ ਆ, ਅਮੀਰ ਬੰਦਾ ਆ, ਹੋ ਸਕਦਾ ਉਹਦੀ ਸਵੇਰ ਬੜੀ ਕੁੱਤ ਕਲੇਸ਼ ਵਾਲੀ ਹੋਵੇ। ਸਵੇਰੇ ਹੀ ਫੋਨ ਆਉਣੇ ਸ਼ੁਰੂ ਹੋ ਜਾਣੇ, ਇੱਧਰ ਹੋ ਗਿਆ, ਆਹ ਖਰਾਬ ਹੋ ਗਿਆ, ਉਹ ਹੋ ਗਿਆ, ਜਾਂ ਇੱਦਾਂ ਹੋ ਗਿਆ, ਘਰ ਦਾ ਮਾਹੌਲ ਨਹੀਂ ਠੀਕ ਹੈਗਾ, ਮਤਲਬ ਕੁੱਤ ਕਲੇਸ਼ ਸਵੇਰੇ ਸ਼ੁਰੂ ਹੋ ਗਿਆ ਹੈ। ਧੀਮੀ ਸਵੇਰ ਲਈ ਪੈਸੇ ਦੀ ਜ਼ਰੂਰਤ ਨਹੀਂ ਹੈਗੀ। ਇਹ ਕਿਸੇ ਦੀ ਵੀ ਹੋ ਸਕਦੀ ਹੈ, ਗਰੀਬ ਬੰਦੇ ਕੋਲ ਵੀ ਹੋ ਸਕਦੀ, ਅਮੀਰ ਕੋਲ ਵੀ ਹੋ ਸਕਦੀ ਹੈ, ਅਤੇ ਗਰੀਬ ਬੰਦੇ ਦੀ ਵੀ ਸਵੇਰ ਖਰਾਬ ਹੋ ਸਕਦੀ ਹੈ। ਇਹਦੇ ਲਈ ਤੁਹਾਨੂੰ ਉਹੋ ਜਿਹਾ ਮਾਹੌਲ ਸਿਰਜਣਾ ਪੈਣਾ। ਧੀਮੀ ਸਵੇਰ ਇਹ ਹੈ ਵੀ ਸਵੇਰੇ ਉੱਠੇ, ਸੈਰ ਨੂੰ ਆਏ, ਜਿੱਦਾਂ ਮੈਂ ਆ ਗਿਆ, ਠੀਕ ਹੈ, ਕੁਦਰਤ ਦਾ ਆਨੰਦ ਮਾਣਿਆ, ਗਏ, ਫਰੈਸ਼ ਹੋਏ, ਨਹਾਤੇ ਧੋਤੇ, ਖਾਣਾ ਖਾਧਾ, ਆਰਾਮ ਨਾਲ ਕੰਮ 'ਤੇ ਗਏ। ਇਹ ਹੁੰਦੀ ਧੀਮੀ ਸਵੇਰ। ਅਤੇ ਸਵੇਰ ਦੇ ਟਾਈਮ ਕੋਈ ਤੰਗ ਕਰਨ ਵਾਲਾ ਨਾ ਹੋਵੇ। ਇਹ ਬਹੁਤ ਬੜੀ ਲਗਜ਼ਰੀ ਹੈ। ਦਿਨ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ। ਅਤੇ ਪੰਜਵੀਂ ਲਗਜ਼ਰੀ ਹੈਗੀ ਆ ਪਿਆਰ ਭਰਿਆ ਪਰਿਵਾਰਕ ਮਾਹੌਲ। ਇਹ ਬਹੁਤ ਵੱਡੀ ਨਿਆਮਤ ਹੈ, ਬਹੁਤ ਬੜੀ ਗੱਲ ਹੈ। ਜੇਕਰ ਤੁਹਾਡੇ ਫੈਮਿਲੀ ਦੇ ਵਿੱਚ ਹਰੇਕ ਪਰਿਵਾਰਕ ਮੈਂਬਰ ਇੱਕ ਦੂਜੇ ਦੀ ਰਿਸਪੈਕਟ ਕਰਦਾ ਹੈ, ਕੋਈ ਕਲੇਸ਼ ਨਹੀਂ ਹੈਗਾ, ਕੋਈ ਲੜਾਈ ਝਗੜਾ ਨਹੀਂ ਹੈਗਾ, ਬਹੁਤ ਪਿਆਰ ਹੈ ਆਪਸ ਦੇ ਵਿੱਚ, ਤਾਂ ਤੁਸੀਂ ਇਸ ਲਗਜ਼ਰੀ ਦੇ ਮਾਲਕ ਹੋ। ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਬਹੁਤ ਘੱਟ ਪਰਿਵਾਰ ਹੈ। ਹਰੇਕ ਪਰਿਵਾਰਕ ਮੈਂਬਰ ਦਾ ਆਪਣਾ ਵਿਚਾਰ, ਆਪਣਾ ਨਜ਼ਰੀਆ ਹੈ ਦੇਖਣ ਦਾ, ਸੁਣਨ ਦਾ, ਬੋਲਣ ਦਾ। ਇਸ ਕਰਕੇ ਇਹ ਬਹੁਤ ਘੱਟ ਹੈ ਲਗਜ਼ਰੀ। ਛੋਟੇ ਮੋਟੇ ਲੜਾਈ ਝਗੜੇ ਚੱਲਦੇ ਹੀ ਰਹਿੰਦੇ ਹੈ, ਛੋਟੇ ਮੋਟੇ ਦੀ ਤਾਂ ਕੋਈ ਗੱਲ ਨਹੀਂ, ਵੱਡੇ ਨਾ ਹੋਣ, ਫਿਰ ਵੀ ਜੇ ਇੰਨਾ ਕੁ ਵੀ ਪਰਿਵਾਰਕ ਮਾਹੌਲ ਹੈਗਾ ਹੈ ਤਾਂ ਲਗਜ਼ਰੀ ਹੈ। ਸੋ ਇਹ ਸੀਗੀਆਂ ਪੰਜ ਲਗਜ਼ਰੀ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਜਿਹੜੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਪੈਸੇ ਵਾਲੀਆਂ ਪਦਾਰਥਵਾਦੀ ਲਗਜ਼ਰੀਆਂ ਹੋਰ ਹੁੰਦੀਆਂ। ਹੁਣ ਮੈਂ, ਚਲੋ ਤੁਸੀਂ ਆਪਣੀਆਂ ਨਾ, ਜੇ ਤੁਹਾਡੇ ਕੋਲ ਇਹਨਾਂ 'ਚੋਂ ਹੈ, ਜ਼ਰੂਰੀ ਨਹੀਂ ਹੈਗਾ ਸਾਰੀਆਂ ਹੋਣ ਹਰੇਕ ਬੰਦੇ ਕੋਲ, ਤਾਂ ਟਿੱਪਣੀਆਂ ਕਮੈਂਟਸ ਦੇ ਵਿੱਚ ਦੱਸਿਓ ਵੀ ਠੀਕ ਲੱਗੀ ਵੀਡੀਓ, ਤੁਹਾਡੇ ਕੋਲ ਕਿਹੜੀਆਂ ਕਿਹੜੀਆਂ, ਇਹ ਵੀ ਦੱਸਿਓ। ਮੈਂ ਆਪਣੀ ਦੱਸ ਦਿੰਦਾ, ਹੁਣ ਮੈਂ ਆਪਣੀ ਵੀ ਦੱਸੂੰਗਾ। ਪਹਿਲੀ ਆਉਂਦੀ ਸਮਾਂ। ਦੇਖੋ ਜੀ, ਸਮਾਂ ਮੇਰੇ ਕੋਲ 6 ਮਹੀਨੇ ਗਏ, ਮੈਂ ਬਿਜ਼ੀ ਹੁੰਦਾ ਬਹੁਤ, 6 ਮਹੀਨੇ ਮੇਰੇ ਕੋਲ ਖੁੱਲ੍ਹਾ ਸਮਾਂ ਹੁੰਦਾ, ਠੀਕ ਹੈ। ਅਤੇ ਉਹ 6 ਮਹੀਨੇ ਕਰਕੇ ਜਿਹੜੀ ਸਵੇਰ ਵਾਲੀ ਹੈ ਲਗਜ਼ਰੀ, ਕਹਿੰਦੇ ਨੇ ਧੀਮੀ ਸਵੇਰ ਇੱਕ ਲਗਜ਼ਰੀ ਦੱਸੀ ਹੈ, ਉਹ 6 ਮਹੀਨੇ ਤਾਂ ਮੇਰੀ ਕਾਫੀ ਧੀਮੀ ਹੁੰਦੀ ਹੈ। ਜਦੋਂ ਬਿਜ਼ੀ ਹੁੰਦਾ ਜਿਨ੍ਹਾਂ ਦਿਨਾਂ 'ਚ, ਉਹਨਾਂ 'ਚ ਇੰਨੀ ਬਿਜ਼ੀ ਤਾਂ ਨਹੀਂ ਹੁੰਦੀ ਸਵੇਰ, ਫਿਰ ਵੀ ਜਿੰਨੀ ਉਹ ਵਿਹਲੇ ਦਿਨਾਂ 'ਚ ਹੁੰਦੀ ਹੈ ਉਹਦੇ ਵਰਗਾ ਨਜ਼ਾਰਾ ਨਹੀਂ। ਸੋ ਅਤੇ ਪਰਿਵਾਰਕ ਮਾਹੌਲ ਵਧੀਆ ਹੈ ਆਪਣਾ ਘਰ ਦਾ, ਇੰਨਾ ਸ਼ਾਂਤਮਈ ਵੀ ਨਹੀਂ ਕਹਿ ਦਿੰਦੇ, ਕੁਛ ਨਾ ਕੁਛ ਤਾਂ ਚਲੋ ਹਰੇਕ ਘਰ 'ਚ ਹੁੰਦਾ। ਮੈਂ ਦੱਸਿਆ ਪਹਿਲਾਂ ਵੀਡੀਓ 'ਚ, ਮਾੜਾ ਮੋਟੀਆਂ ਗੱਲਬਾਤ ਹੁੰਦੀ ਰਹਿੰਦੀ ਹੈ, ਹਰੇਕ ਦੇ ਵਿਚਾਰ ਆਪਣੇ ਆਪਣੇ ਹੁੰਦੇ ਆ। ਸਿਹਤ ਠੀਕ ਹੈ, ਛੋਟੇ ਮੋਟੀਆਂ ਪ੍ਰੋਬਲਮਾਂ ਆਉਣੀਆਂ ਰਹਿੰਦੀਆਂ ਸਿਹਤ ਦੀਆਂ, ਪਰ ਫਿਰ ਵੀ ਸਿਹਤ ਅੱਛੀ ਹੈ, ਖਾਣ ਪੀਣ ਦਾ ਧਿਆਨ ਰੱਖਦੇ ਹਾਂ। ਇੱਕ ਆਖਰੀ ਹੈ ਸ਼ਾਂਤ ਮਨ। ਮੈਂ ਕਾਫੀ ਕੋਸ਼ਿਸ਼ ਕਰਦਾ, ਕਾਫੀ ਪ੍ਰੈਕਟਿਸ ਕਰਦਾ ਰਹਿੰਦਾ ਹੈ ਵੀ ਮਨ ਨੂੰ ਸ਼ਾਂਤ ਰੱਖਿਆ ਜਾਵੇ।
ਅਤੇ ਕਾਫੀ ਮੈਂ ਸਫਲ ਵੀ ਇਸ ਗੱਲ 'ਚ ਹੋਇਆ ਆ। ਮਨ ਨੂੰ ਮੈਂ ਨਾ ਸ਼ਾਂਤ ਰੱਖਦਾ ਹੁੰਦਾ, ਗੁੱਸੇ ਗੱਸੇ ਤੋਂ ਦੂਰ ਰਹਿੰਦਾ, ਕਿਉਂਕਿ ਨੁਕਸਾਨ ਹੁੰਦਾ ਆਪਣਾ ਸਿਹਤ ਦਾ ਜੇ ਆਪਾਂ ਬਗੈਰ ਗੱਲ ਤੋਂ ਗੁੱਸੇ ਹੁੰਦੇ ਹਾਂ। ਤਾਂ ਵੀਡੀਓ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਹੈ, ਮੈਂ ਤੁਹਾਨੂੰ ਪੁੱਛਿਆ ਸੀ, ਤੁਸੀਂ ਵੀ ਦੱਸਿਓ ਵੀ ਆਪਣੀਆਂ ਕਿਹੜੀਆਂ ਕਿਹੜੀਆਂ ਤੁਹਾਡੇ ਕੋਲ ਲਗਜ਼ਰੀਜ਼ ਹੈ। ਅਤੇ ਮੈਂ ਸੋਚਦਾ ਵੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ। ਅੱਜ ਸਵੇਰ ਦਾ ਟਾਈਮ ਹੈ, ਤੁਸੀਂ ਦੇਖ ਸਕਦੇ ਹਾਂ ਆਲੇ ਦੁਆਲੇ ਮਾਹੌਲ ਕਿੰਨਾ ਵਧੀਆ ਹੈ, ਸ਼ਾਂਤਮਈ ਮਾਹੌਲ ਹੈ ਪਿੰਡ ਦਾ, ਅਤੇ ਮੈਂ ਆਨੰਦ ਮਾਣ ਰਿਹਾ ਇਹਦਾ। ਤੁਹਾਨੂੰ ਮੈਂ ਵੀਡੀਓ ਮਾੜੀ ਜੀ ਦੂਜੇ ਪਾਸੇ ਨੂੰ ਕਰਕੇ ਦਿਖਾ ਦਿੰਦਾ, ਫਸਲਾਂ ਅਜੇ ਆਪਣੇ ਜਲੌਤੇ ਹੈ। ਆਹ ਦੇਖੋ ਕਿੰਨਾ ਵਧੀਆ ਨਜ਼ਾਰੇ ਦਾ ਇੱਕ ਮਾਹੌਲ ਬਣਿਆ ਪਿਆ, ਬਹੁਤ ਹਵਾ, ਠੰਡੀ ਹਵਾ ਚੱਲ ਰਹੀ ਹੈ। ਅੱਜ ਸਵੇਰੇ ਮੀਂਹ ਪਿਆ ਸੀ, ਅਤੇ ਉਮੀਦ ਕਰਦਾ ਮੇਰੀ ਵੀਡੀਓ ਅੱਛੀ ਲੱਗੇਗੀ। ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਸ਼ੇਅਰ ਤੁਸੀਂ ਘੱਟ ਕਰਦੇ ਹੈ ਵੀਡੀਓ, ਮੈਂ ਦੇਖਿਆ ਸ਼ੇਅਰ। ਚਲੋ ਕੋਈ ਗੱਲ ਨਹੀਂ, ਨਹੀਂ ਕਰਦੇ ਤਾਂ ਤੁਹਾਡੀ ਮਰਜ਼ੀ ਹੈ, ਆਪਾਂ ਕਿਸੇ ਨੂੰ ਧੱਕੇ ਨਾਲ ਥੋੜ੍ਹਾ ਸ਼ੇਅਰ ਕਰਾ ਸਕਦੇ। ਮੈਂ ਜੇ ਮੈਨੂੰ ਜੇ ਤੁਹਾਡਾ ਥੋੜ੍ਹਾ ਜਿਹਾ ਸਪੋਰਟ ਮਿਲੂੰਗੀ ਤਾਂ ਮੈਂ ਇੱਦਾਂ ਦੇ ਵੀਡੀਓ ਦੁਬਾਰਾ ਬਣਾਉਂਦਾ ਰਹਾਂਗਾ। ਓਕੇ ਜੀ, ਰੱਬ ਰਾਖਾ।